ਜੀ ਵੈਲਕਮ ਟੂ ਅਨਦਰ ਵਲੌਗ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡਾ ਮੇਕਣ ਵੱਡਾ ਮੇਕਣ ਤੇ ਨਿੱਕਾ ਮੇਕਣ ਤੇ ਉਸ ਤੋਂ ਨਿੱਕਾ ਮੇਕਣ ਮੇਕਣ ਅਬ ਤੀਨ ਪੈਕਟ ਮੈਂ ਦਸਤਿਆਬ ਹੈ ਤੇ ਠੀਕ ਹੈ ਹੁਣ ਦੋਸਤ ਆਇਆ ਦੋਸਤ ਜਿਹੜਾ ਨਹੀਂ ਜਿਹੜਾ ਇਸ ਬਾਹਰ ਜਾਣਾ ਹੈ ਜਿਸ ਬਾਹਰ ਜਾਣਾ ਸਾਊਦੀਆ ਉਹ ਕਾਲ ਕੀਤੀ ਹੈ ਉਸ ਉਹਦੇ ਨਾਲ ਮਿਲ ਕੇ ਪਹਾੜਿਆਂ ਨਹੀਂ ਜਾਣਾ ਥੋੜ੍ਹਾ ਜਿਹਾ ਕੰਮ ਸਮਾਨ ਲੈਣਾ ਅਤੇ ਫਿਰ ਮਿਲਦੇ ਹਾਂ ਉੱਥੇ ਜਾ ਕੇ ਉਸ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਮੈਂ ਵਹਾਨਾ ਜੇ ਦੇਖੋ ਪੀਜ਼ਾ ਆ ਗਿਆ ਕਬਾਬ ਵਾਲਾ ਇਹ ਬਹੁਤ ਹੀ ਵਧੀਆ ਹੁੰਦਾ ਨਾਲ ਲਿਟਰੀ ਕੋ ਅਤੇ ਨਾਲ ਕਾਰਟੂਨ ਇਨ ਦਾ ਹਾਊਸ ਬੇਬੀ ਹੁਣ ਖਾਣ ਲੱਗੇ ਹਾਂ ਅਤੇ ਇੰਤਜ਼ਾਰ ਕਰੋ ਅਗਲੇ ਪਾਰਟ ਵਾਸਤੇ ਅਤੇ ਸਾਨੂੰ ਖਾ ਲੈਣ ਦਿਓ ਇਹ ਕੈਚਅਪ ਐਂਡ ਪੀਸ ਅਤੇ ਬਹੁਤ ਹੀ ਮਜ਼ੇਦਾਰ ਉਸ ਤੋਂ ਬਾਅਦ ਪੀਜ਼ਾ ਖਾ ਰਹੇ ਹਾਂ ਆਹ ਚਮਚੀ ਦੀ ਵੇਖੋ ਕੀ ਹਾਲਤ ਕੀਤੀ ਪੀਜ਼ੇ ਖਾਣ ਵਾਲੇ ਵੇਖ ਮੇਰੀ ਸੁਲਝੀ ਹੋਈ ਚਮਚੀ ਹੈ ਤੇਰੀ ਵੇਖਾ ਭਾਈ ਕਾਰ ਅੰਮਾ ਦੀ ਚੋਪੜੀ ਰੋਟੀ ਖਾਣ ਵਾਲੇ ਬੰਦੇ ਹੋ ਅਤੇ ਇੱਥੇ ਆ ਗਏ ਪੀਜ਼ਾ ਖਾਣ ਉਸ ਤੋਂ ਬਾਅਦ ਬਿੱਲ ਪੇ ਕਰ ਦਿੱਤਾ ਹੁਣ ਬਕਾਇਆ ਹੋਣਾ ਅਤੇ ਟਿਪ ਦੇਣੀ ਹੈ ਕੰਜੂਸੀ ਦੀ ਕਰਨੀ ਖੁੱਲੀ ਜੀ ਟਿਪ ਦੇਣੀ ਹੈ ਦਿਲ ਖੋਲ੍ਹ ਕੇ ਅੱਜ ਟਿਪ ਦੇ ਦੇਣੀ ਹੈ ਤੁਹਾਡੇ ਭਰਾ ਟਿਪ ਨੂੰ ਗੋਲੀ ਮਾਰੋ ਆਹ ਕੀ ਸ਼ਾਇ ਬਾਕੀ ਅਸੀਂ ਇੱਥੇ ਪੀਜ਼ਾ ਖਾ ਰਹੇ ਬਿੱਲ ਦਿੱਤਾ ਬਕਾਇਆ ਆ ਰਿਹਾ ਉਹ ਬਾਹਰ ਮੈਂ ਸਾਬ ਲਾਇਆ ਉੱਥੇ ਕੋਈ ਭੰਡੀ ਪੈ ਗਈ ਲਓ ਜੀ ਜਿਵੇਂ ਜੀ ਆਖਿਆ ਆਹ ਬੰਦਾ ਆਈ ਖੁੱਲ੍ਹੀ ਜੀ ਟਿਪ ਦੇ ਦੇਣੀ ਹੈ ਅਤੇ ਇਹ ਵੇਖ ਸਕਦੇ ਇਹ ਸਾਡੀ ਟਿਪ ਉੱਠੋ ਚਲੋ ਇਹਨਾਂ ਵੇਖਣਾ ਇਹਨਾਂ ਜਿਸ ਟਾਈਮ ਵੇਖਣੀ ਹੈ ਨਾ ਜਿੰਨੀ ਵੀ ਟਿਪ ਦੇ ਗਏ ਨੇ ਇਹਨਾਂ ਪਿੱਛੋਂ ਤਾਂ ਕਦੀ ਨਹੀਂ ਸਿਰ ਮਾਰਨੇ ਨੇ ਕੋਈ ਪਤਾ ਨਹੀਂ ਇੱਥੇ ਨਾਲ ਪੀਜ਼ਾ ਇੱਕ ਨਵਾਂ ਬਣਾ ਰਹੇ ਹਨ ਕੋਈ ਪਤਾ ਨਹੀਂ ਸਾਡੇ 10 ਰੁਪਏ 'ਚ ਬਹੁਤ ਪਾਵਰ ਉਸ ਤੋਂ ਬਾਅਦ ਪੀਜ਼ਾ ਸ਼ੀਜ਼ਾ ਖਾ ਲਿਆ ਪੀਜ਼ਾ ਖਾ ਕੇ ਹੁਣ ਪਿੰਡ ਵੱਲ ਚੱਲੇ ਹਾਂ ਵੇਖਿਆ ਜੇ ਬਾਹਰ ਨਿਕਲੀ ਦਾ ਐਨਰਜੀ ਆ ਜਾਂਦੀ ਹੈ ਉੱਥੇ ਪੀਜ਼ਾ ਕਲੱਬ ਵਿੱਚ ਹੌਲੀ ਹੌਲੀ ਬੋਲ ਰਹੇ ਆਈ ਨਾ ਉਹਨਾਂ ਨੂੰ ਪਤਾ ਲੱਗਿਆ ਕਿ ਸੁਲਝੇ ਹੋਏ ਬੰਦੇ ਨੇ ਉਹਨਾਂ ਜਿਸ ਟਾਈਮ ਟਿਪ ਨਹੀਂ ਵੇਖਣੀ ਉਹਨਾਂ ਵੀ ਕੰਨ ਹੋ ਜਾਣੇ ਨੇ ਉਹਨਾਂ ਨੇ ਉਸ ਤੋਂ ਬਾਅਦ ਅੱਡੇ ਤੋਂ ਆਏ ਹਾਂ ਸ਼ੀਮੇ ਖੀਖੀ ਕੋ ਸ਼ੀਮਾ ਖੀਖੀਂਦਾ ਉਸ ਸ਼ਾਮੀਆਂ ਤੇਰੇ ਫੈਨ ਹੀ ਲੱਲੇ ਜਾ ਹੋਏ ਨੇ ਪਤਾ ਕਸਮੇ ਸ਼ੀਮਾ ਖੀਖੀ ਦੀ ਸਾਡੇ ਨਾਲ ਵੱਡੀ ਅਪਰੋਚ ਕਰਮ ਹੋਇਆ ਸੀ ਤੇ ਐਵੇਂ ਲੱਗੇ ਫਿਰਨੇ ਆ ਸ਼ੀਮਾ ਖੀਖੀਂਦਾ ਉਸ ਸ਼ਾਮੇ ਸ਼ੀਮੇ ਖੀਖੀ ਦਾ ਰਿਹਾ ਨਵਾਂ ਗਾਣਾ ਗਾਣੇ ਦਾ ਨਾਂ ਹੈ ਇਹ ਗਾਣਾ ਇਹ ਗਾਣਾ ਬਣਾ ਰਿਹਾ ਤੇ ਗਾਣੇ ਦਾ ਡਾਇਰੈਕਟਰ ਇਹਦਾ ਭਰਾ ਹੈ ਨਿੱਕਾ ਉਸ ਤੋਂ ਬਾਅਦ ਮੇਰੀ ਸ਼ਾਦੀ ਹੋ ਰਹੀ ਹੈ ਅਤੇ ਮੇਰੀ ਸ਼ਾਦੀ ਦਾ ਸਾਰਾ ਸਮਾਨ ਵੇਖ ਸਕਦੇ ਹੋ ਆ ਗਿਆ ਇਹ ਕੁੜੀ ਜਣਿਆਂ ਨੂੰ ਦਿੱਤਾ ਆਹ ਨਕੀਆ ਕੀ ਗਈ ਇਸ ਵੀ ਸਟੈਂਡ ਆਹ ਕਾਊਂਟਰ ਟੇਬਲ ਦਿੱਤਾ ਉਹਨੂੰ ਬਈ ਪਲਕੇ ਟਿਕ ਟਾਕ ਬੈਨ ਹੋ ਜੇ ਕੋਈ ਦੁਕਾਨ ਆਪਣੀ ਖੋਲ੍ਹ ਲਵੇ ਬਾਹਰ ਉੱਥੇ ਟੇਬਲ ਰੱਖ ਲਵੇ ਉਸ ਤੋਂ ਬਾਅਦ ਉਹ ਸ਼ੋਕੇਸ ਦਿੱਤਾ ਨੇ ਇੱਕ ਉਹ ਬੈੱਡ ਅਤੇ ਆਹ ਕੀ ਦਿੱਤਾ ਉਹਨੂੰ ਵੀ ਆਹ ਕੀ ਸ਼ਾਇਦ ਮੈਨੂੰ ਵੀ ਨਹੀਂ ਪਤਾ ਇਹ ਕੀ ਦਿੱਤਾ ਉਸ ਤੋਂ ਬਾਅਦ ਉਹ ਸ਼ੀਸ਼ਾ ਦਿੱਤਾ ਨੇ ਸ਼ੀਸ਼ੇ ਵਿੱਚ ਸ਼ੀਸ਼ੇ ਦਾ ਨੀਰਾ ਸਟੈਂਡ ਦਿੱਤਾ ਨੇ ਬਸ ਸ਼ੀਸ਼ਾ ਬਾਅਦ ਵਿੱਚੋਂ ਲਵਾਉਣਾ ਆਪ ਆਪਣੀ ਮਤੀਤ ਹੈ ਥੋੜ੍ਹੇ ਜਿਹੇ ਗਰੀਬ ਬਣਨਾ ਸਮਝਿਆ ਕਰ ਉਸ ਤੋਂ ਬਾਅਦ ਆ ਸ਼ੀਸ਼ੇ ਦੇ ਟੇਬਲ ਅਤੇ ਸ਼ੀਸ਼ੇ ਦੇ ਟੇਬਲ ਆਉਂਦੇ ਨੇ ਸਭ ਵਾਪਸ ਲੈ ਜਾਣੇ ਨੇ ਕਿਉਂਕਿ ਉਹ ਟੇਬਲ ਸਾਨੂੰ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਅਸੀਂ ਖਰੂਲੇ ਜਿਹੇ ਬੰਦੇ ਆ ਸ਼ੀਸ਼ੇ ਦੇ ਟੇਬਲ ਵਾਲੇ ਅਸੀਂ ਹੈ ਨਹੀਂ ਇਸ ਵਾਸਤੇ ਉਹਨਾਂ ਵਾਪਸ ਲੈ ਜਾਣੇ ਨੇ ਸਾਡੇ ਵਾਸਤੇ ਹੈ ਮੁਰਗੀਆਂ ਵਾਲੇ ਟੇਬਲ ਨੇ ਉਸ ਤੋਂ ਬਾਅਦ ਜਾ ਰਹੇ ਹਾਂ ਮਾਮ ਉੱਤੇ ਵਾਲ ਕਟਾਉਣ ਬੜੇ ਵੱਡੇ ਹੋ ਗਏ ਨੇ ਇਹ ਬੰਦੇ ਦੇ ਵਾਲ ਕਟਾਉਣੇ ਨਾ ਇਹਦੀ ਗੱਲ ਸੀਟ ਹੈ ਜਾ ਰਿਹਾ ਮਨੂੰ ਜਿਹੜਾ ਜਿਹੜਾ ਤੇਰਾ ਕੰਨ ਨੇ ਕਸਮ ਚੌਧਰੀ ਚੰਗਾ ਕੰਨ ਨੇ ਚਾਚਾ ਬਚ ਕੇ ਕੰਨ ਪਾਉਂਦਾ ਇਕਦਮ ਸਾਬ ਲਾ ਲੈ ਚਾਚਾ ਵੇਖਣ ਲੱਗ ਪਈ ਉਹ ਚਾਚਾ ਕਦਰਾ ਪਰਾ ਸਕੂਟਰ ਗੱਡੀ ਕੰਨ ਪਾਉਂਦਾ ਇਕਦਮ ਓਏ ਅੱਬੂ ਅੰਦਰ ਕਰ ਲੋ ਕੰਨ ਪਾਉਂਦਾ ਇਕਦਮ ਓਏ ਓਏ ਨਾ ਹਤੌਲੀਆ ਅੰਦਰ ਕਰ ਲੈ ਕੰਨ ਨਾ ਕਿਨ ਵੜਦਾ ਹੀ ਲੈ ਖੋਤੇ ਮੁੰਨ ਵਾਲੀ ਮਸ਼ੀਨ ਆਈ ਆਹੋ ਫਿਰ ਐਨ ਮੁੰਨ ਦੇਖ ਬਾਈ ਐਂ ਸਹੀ ਸੁਤਰਾ ਕੇ ਮੁੰਨ ਆਈ ਖੋਤੇ ਮੰਨਣੇ ਵਾਲੀ ਭੇਡਾਂ ਮੁੰਨਣੇ ਵਾਲੀ ਕੋਈ ਵੀ ਮਸ਼ੀਨ ਹੋਵੇ ਚੱਲੇਗੀ ਮਾਮ ਤੋਂ ਆ ਗਿਆ ਵੇਖੋ ਵਾਲ ਸ਼ਾਲ ਕਟਾ ਕੇ ਆਇਆ ਸੀ ਵਾਲ ਕਟਾਏ ਨੇ ਕੋਈ ਫਰਕ ਕੋ ਨਹੀਂ ਪਿਆ 6 ਵਜੇ ਤੋਂ ਬਾਅਦ ਇਹ ਉਹ ਬੰਦਾ ਜਿਹੜਾ 6 ਵਜੇ ਤੋਂ ਬਾਅਦ ਨਿਕਲਦਾ ਤੁਹਾਨੂੰ ਅੱਗੇ ਪਤਾ ਹੀ ਹੋਣਾ ਇਹ ਬੰਦਾ ਦਿਹਾੜੀ ਕਦੀ ਘਰੋਂ ਬਾਹਰ ਨਹੀਂ ਨਿਕਲਦਾ ਸ਼ਾਮ ਟਾਈਮ ਬਸ ਨਿਕਲਦਾ ਤੇ ਆ ਅੱਗੇ ਤੁਹਾਨੂੰ ਪਤਾ ਸ਼ੀਮਾ ਖੀਖੀ ਦਾ ਹਾਊਸ ਸ਼ੀਮਾ ਖੀਖੀ ਸ਼ਾਮੇ ਤੇਰਾ ਨਾਮ ਬੜਾ ਮਸ਼ਹੂਰ ਹੋ ਗਿਆ ਸ਼ੀਮਾ ਖੀਖੀ ਆ ਬੰਦੇ ਜਾਣਾ ਬਾਹਰ ਅਸੀਂ ਮਿਲਣ ਮੁਲਣ ਨਹੀਂ ਆਏ ਰੋਟੀ ਖਾਣਾ ਹੈ ਰੋਟੀ ਲੈ ਆਇਆ ਬੰਦੇ ਦਾ ਪੁੱਤਰ ਪਾਣੀ ਰੋਟੀ ਮੁੱਕ ਗਈ
क्योंकि फ्लैट सुबह चार पांच बजे निकलना मैं ते इत्थे ही आ ते ऐ हुण चला कार ते मिलन लगे ने चलो जी मिलो चलो टुर गए यार मुहब्बतों वाले लै गए नाली पैसे साडा मुड़ा बाहर दे मुड़ा टोर चले उस तो बाद वेख सकते हो सौन लगियां सौना कोनी आ बंदा है जिदी फ्लैट छड्डन जाना है आ शीमा की किंदा उस ते फिल्म वेख रहे हैं फिल्म वेख ना फिर एयरपोर्ट वास्ते रवाना होना घंटे तक फिर मिलते हैं ਮੰਨਿਆ ਕਿ ਕੰਟੇਨ ਜਾਣਾ ਤੁਸਾਂ ਕੀ ਨਿਜ਼ਾਮ ਖੋਲਿਆ ਇੱਕ ਬੰਦੇ ਹੈ ਕੀ ਪਾ ਕਰਦੇ ਹੋ ਉਹ ਤਾਂ ਬਿਸਤਰਾ ਲਾਉ ਨਾ ਇੱਕ ਪੁੱਠਾ ਲਮਿਆ ਪੀ ਹੈ ਇੱਕ ਤੰਬੀ ਦਾ ਨਾਲਾ ਪਿਆ ਬੰਦਦਾ ਕੀ ਪਾ ਕਰਦੇ ਹੋ ਦੱਸੋ ਉਹ ਬੰਦੇ ਕੋਈ ਖੁਦਾ ਦਾ ਆਫ ਕਰੋ ਅੱਜ ਇਹ ਜੁਮਾ ਆ ਜੇ ਯਾ ਅੱਲਾ ਸੁਣਿਆ ਮੈਂ ਤੋ ਮੇਰੀ ਤੋਬਾ ਇਹਨਾਂ ਤੋਂ ਮੈਨੂੰ ਬਚਾ ਇਹਨਾਂ ਗੁਨਾਹਾਂ ਤੋਂ ਮੈਨੂੰ ਬਚਾ ਵਿਕਨਾ ਕਰਦੇ ਵੀ ਨਹੀਂ ਪਏ ਇੱਕ ਬਿਸਤਰੇ ਵਿੱਚ ਦੋਵੇਂ ਵੇਖ ਲਓ ਤੁਹਾਡਾ ਦਿਲ ਹੁਣ ਜੇ ਕੈਮਰਾ ਖੁੱਲਦਾ ਤਾਂ ਪਰਾਂ ਹੋ ਜਾਂਦੇ ਨੇ ਉਂਝ ਕੀ ਦੂਜੀ ਇਹ ਵੇਖੋ ਕੋਈ ਆ ਇਹਨਾਂ ਦੀ ਗੱਲ ਕਰਨ ਵਾਲੀ ਯਾ ਅੱਲਾ ਆ ਜਿਹੜਾ ਕਾਨੂੰਨ ਪਾਸ ਨਹੀਂ ਹੋਇਆ ਜੈਂਡਰ ਚੇਂਜ ਵਾਲਾ ਇਹ ਉਹਦੇ ਸਾਈਡ ਇਫੈਕਟ ਜੇ ਮੂਧਾ ਕਪੇ उस तो बाद फिर सुबह हो गए ये वेख सकते हो कि ये धुप नहीं चढ़ी तो निकल गए असी सुबह पांच बजे तो साडा ड्राइवर एक कहजदा ओदी पसंद है वो इंजा ही पसंद है अपनी तो गाने लाँदा पिया तो अनेक निका जो गाना सुनाने ओदी पसंद का बस कन्ना चो हूं निकलन लग पिया बाकी अल्लाह का करम है तो वेख सकते हो धुप चढ़ गई है तो एयरपोर्ट थोड़ा जिना रह गया तकरीबन 20 किलोमीटर बस एयरपोर्ट तो जा रहे हैं अगे आओ बंदे ने एक गड्डी पर है ते एक है ये बंदे जा रहे हैं एयरपोर्ट के उत्ते एयरपोर्ट विच नहीं उत्ते लो वाह पड़ गए हैं एयरपोर्ट के उत्ते ਬੰਦੇ ਦੀਆਂ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਨੇ ਮੈਂ ਕੀ ਬਣ ਰਿਹਾ ਹੈ ਬਾਲਾ ਲੱਗ ਗਿਆ ਬਾਲਾ ਨਹੀਂ ਬਾਲਾ ਲੱਗੇ ਤਾਂ ਸਾਰਾ ਕੁਝ ਹੀ ਹੈ ਲਓ ਜੀ ਏਅਰਪੋਰਟ ਤੇ ਪਾਰਕਿੰਗ ਤੇ ਲੱਗ ਗਈ ਹੈ ਗੱਡੀ ਚਲੋ ਜੀ ਕੱਢੋ ਬੈਗ ਇਹ ਨਾ ਮੈਂ ਲਿਖਦਾ ਰਿਹਾ ਉਹ ਸ਼ੈਂਪੂ ਕਿਹਦਾ ਕਿਹੜਾ ਉਹ ਸ਼ੈਂਪੂ ਤੇ ਕਰਦੇ ਹੋ ਦੋ ਗੱਡੀ ਤੋਂ ਇਹ ਵੀ ਤੇਰਾ ਸਾਊਦੀਆ ਲੈ ਗਿਆ ਮੇਰਾ ਨਹੀਂ ਬੱਚੇ ਇੱਕ ਆ ਬੰਦਾ ਜਾ ਰਿਹਾ ਹੈ ਅਲੀ ਮੇਕਣ ਤੇ ਉਸਮਾਨ ਮੇਕਣ ਸਾਊਦੀਆ ਦੇ ਅੱਗੋ ਅਰਬਣਾ ਆ ਰਹੀਆਂ ਨੇ ਸਵਾਗਤ ਵਾਸਤੇ ਅਸੀਂ ਮੰਡੀਓਂ ਆਏ ਆ ਫਿਰ 7 ਜੀ ਨੇ ਉਹ ਪਰਲੀਆਂ ਵਾਲੇ ਵੇਖੋ ਪੂਰਾ ਟੱਬਰ ਆਏ ਨੇ ਕੈਰੀ ਡੱਬੇ 'ਚ ਬਹਿ ਕੇ ਸੀਟਾਂ ਪੱਟ ਕੇ ਆ ਜਣਾ ਇੱਕ ਸਾਡਾ ਆ ਡਿੱਕੀ 'ਚ ਤਾਂ ਹਾਲਾਤ ਖਰਾਬ ਹੋਏ ਨਹੀਂ ਨਹੀਂ ਕਿਚਨ ਬਣਾ ਲੈ ਇੱਕ ਬੰਦਾ ਸਾਊਦੀਆ ਜਾਣੇ ਵਾਲਾ ਤੇ ਨਹੀਂ ਏਅਰਪੋਰਟ ਤੇ ਫੈਨ ਪਾ ਲੱਭਦੇ ਨੇ ਨਾਲ ਆਪ ਵੀ ਚੱਲਿਆ ਤੇ ਇਹਨੇ ਵੀ ਕਿਨ ਖੱਜਲ ਕਰੂ ਬਾਕੀ ਏਅਰਪੋਰਟ ਦੇ ਵਾਸ਼ਰੂਮ 'ਚ ਹਲਕਾ ਹੁਣ ਆਇਆ ਅਤੇ ਇਹਨਾਂ ਦੇ ਵੇਖਿਆ ਇਹਨਾਂ ਦੇ ਅਤੇ ਬਾਥਰੂਮ ਹੀ ਦੂਜੀ ਤਰ੍ਹਾਂ ਦੇ ਕਮੋਟ ਲੱਗੇ ਨੇ ਮੈਂ ਕਿਹਾ ਛੱਡੋ ਘਰ ਜਾ ਕੇ ਕਰਾਂਗੇ
ਨੱਚੀਆਂ ਤੇ ਬਾਕੀ ਇੱਥੇ ਮਿਲਣ ਦੀਆਂ ਕੜੀਆਂ ਆ ਚੁੱਕੀਆਂ ਨੇ ਹੁਣ ਮਿਲੂਆਂ ਤੇ ਅਲਵਿਦਾ ਕਰੂੰਗਾ ਵਿਛੜ ਗਿਆ ਮੇਰੇ ਦਿਲ ਦਾ ਜਾਨੀ ਤੇ ਨਾ ਜਿਜਦਾ ਮਾਨੀ ਆ ਟੋਪੀ ਉੱਤੇ ਪਾ ਲਾ ਸਰਦੀ ਲੱਗਦੀ ਆ ਤੇ ਅਗਾਂ ਦਫਾ ਵੀ ਹੋ ਕੇ ਚੱਲ ਗਾ ਤੇ ਮਾਪਿਆਂ ਦੀ ਉਹ ਬਾਰੀ ਵਾਲੇ ਪਾਸੇ ਨਾ ਬਵੀ ਓਕੇ ਜੀ ਚਲੋ ਜੀ ਉਹਨਾਂ ਤੇ ਅਲਵਿਦਾ ਕਰ ਦਿੱਤਾ ਹੁਣ ਚਾਚੂ ਇਲਾਮਾ ਇਕਬਾਲ ਦਾ ਏਅਰਪੋਰਟ ਨਹੀਂ ਜਿਹੜਾ ਇਹਨੂੰ ਵੀ ਅਲਵਿਦਾ ਕਰੀਏ ਤੇ ਚੱਲੀਏ ਪਿੰਡ ਆਪਣੇ ਉਸ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਮੌਜ ਵੀ ਬਹਾਨਾ ਵੇਖ ਸਕਦੇ ਹੋ ਸਰ ਸਬਜ਼ਾ ਸਾਡੇ ਗਾਉਂ ਦਾ ਪਿੰਡ ਵਿੱਚ ਵਾਪਸ ਆ ਗਏ ਹਾਂ ਦੋਸਤ ਨੂੰ ਲਾ ਕੇ ਆ ਗਏ ਹਾਂ ਤੁਸੀਂ ਸਰ ਵੀ ਦੁਆ ਕਰਿਆ ਜਿੱਥੇ ਗਿਆ ਅੱਲਾ ਕਾਮਯਾਬ ਕਰਿਓ ਤੇ ਜ਼ਿੰਦਗੀ ਦੇ ਮਕਸਦ ਵਾਸਤੇ ਜਿਹਦੇ ਵਾਸਤੇ ਗਿਆ ਤੇ ਘਰ ਛੱਡਿਆ ਕਰਿਆ ਕਦੀ ਕਦੀ ਮੰਨ ਲਵਿਆ ਕਰ ਤੇ ਨਾਲੇ ਉਹ ਵੀ ਗੱਲ ਮੰਨ ਲਵਿਆ ਉਹਦੇ ਵਾਸਤੇ ਦੁਆ ਵੀ ਕਰਿਆ ਨਾਲੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਦਵਿਆ ਦੋਵੇਂ ਕੰਮ ਹੋ ਜਾਣ ਦੇ ਨਾ ਇੱਕ ਵਾਰੀ ਸਮਝਿਆ ਕਰੋ ਕਿਉਂਕਿ ਇੰਨਾ ਕੀਤਾ ਬਿਜ਼ਨਸ ਤੇ ਬਾਕੀ ਆ ਵੇਖ ਸਕਦੇ ਹੋ ਤੁਹਾਡਾ ਨਿੱਕਾ ਸਟਾਰ ਇਹ ਘਰ ਹੀ ਕੋਈ ਕੰਮ ਨਹੀਂ ਇਸ ਕਦੀ ਕੀਤਾ ਸਾਰਾ ਯਾਰ ਉਦਲੋ ਦੀ ਕਸਮੇ ਮਾਨ ਲਓ ਆਵੇ ਉਹ ਜੀ ਦੇਵਾਲ ਨੇ ਤੇ ਮਪੋਨੀ ਨਾ ਲਿਆ ਨਾ ਪੁਰਾਣਾ ਬਣਿਆ ਸਾਰੇ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਸ਼ੋਰੇ ਲਾ ਕੇ ਆ ਗਏ ਉਹ ਸਾਊਦੀਆ ਟੁਰ ਗਿਆ ਹੁਣ ਇਹ ਟੁਰਿਆ ਨਹੀਂ ਘੰਟੇ ਜਾਣਾ ਉਸ ਤੋਂ ਬਾਅਦ ਇੱਕ ਬੰਦਾ ਵੇਖੋ ਨਾ ਖਿਦਮਤ ਵਿੱਚ ਜਲੇਬੀਆਂ ਲੈ ਕੇ ਆਇਆ ਐਂ ਦੇ ਬੰਦੇ ਦੁਨੀਆ ਤੇ ਹੁਣ ਘੱਟ ਹੋ ਗਏ ਨੇ ਕਸਮੇ ਸਰ ਮੂੰਹ ਤੂੰ ਜਾ ਅੱਗੇ ਮੈਂ ਤੁਹਾਨੂੰ ਆਖਿਆ ਉਸ ਬੰਦੇ ਵਾਸਤੇ ਦੁਆ ਕਰਿਆ ਕਿ ਉੱਥੇ ਜਾ ਕੰਮ ਸ਼ਾਮ ਸਹੀ ਲੱਗ ਜਾਏ ਹੁਣ ਇਸ ਬੰਦੇ ਵਾਸਤੇ ਵੀ ਦੁਆ ਕਰਿਆ ਕੋਈ ਕੁੜੀ ਲੱਭ ਜੇ ਇਨਵਾਲ ਜੇ ਵੀ ਇਹਦਾ ਰਿਸ਼ਤਾ ਕਰਾਉਣਾ ਵੈਸੇ ਇੱਕ ਮੈਂ ਵੇਖੀਏ ਐ ਸਰ ਮੂੰਹ ਪਸੰਦ ਹੀ ਕਸਮੇ ਬੜੀ ਸੋਹਣੀ ਆ ਘਰ ਬਾਰ ਸਾਰਾ ਕੁਝ ਘਰ ਭਾਂਡਾ ਠੀਕ ਹੈ ਜੇਬ ਵਿੱਚ ਇਹਨਾਂ ਦੇਣੀਆਂ ਨਹੀਂ ਦੋ ਖੋਤੀਆਂ ਦੇਣੀਆਂ ਨਹੀਂ ਇੱਕ ਰੇੜੀ ਦੇਣੀ ਆ ਆਹਨੇ ਤਾਂ ਮੈਂ ਗੱਲ ਕਰਾਂ ਕਰੋ ਇਹਨਾਂ ਦੇ ਵੱਡੇ ਵੱਡੇ ਨਾਲ ਗੱਲ ਕਰਨੀ ਇਹਨਾਂ ਦਾ ਵੱਡਾ ਵਡੇਰਾ ਉਹ ਬੈਠੇ ਤੇ ਚਲੋ ਫਿਰ ਠੀਕ ਹੈ ਕਾਫੀ ਲੰਮਾ ਹੋ ਗਿਆ ਵਲੌਗ ਕਾਫੀ ਲੰਮਾ ਹੋ ਗਿਆ ਤੇ ਮਿਲਦੇ ਹਾਂ ਅਗਲੇ ਵਲੌਗ 'ਚ ਸਬਸਕ੍ਰਾਈਬ ਕਰਦੇ ਹਾਂ ਚੈਨਲ ਉਨੀ ਦੇਰ ਵਾਸਤੇ ਇਜਾਜ਼ਤ ਚਾਹੁੰਦੇ ਹਾਂ ਮਿਲਦੇ ਹਾਂ ਅਗਲੇ ਵਲੌਗ 'ਚ